ਜਿਵੇਂ ਕਿ ਸਾਨੂੰ ਪਤਾ ਵੀ ਪੰਜਾਬ ਦੇ ਵਿੱਚ ਜਿਹੜੀ ਲਿਵਰ ਦੀ ਬਿਮਾਰੀਆਂ ਉਹ ਬਹੁਤ ਜ਼ਿਆਦਾ ਕਾਮਨ ਹੈ ਅਤੇ ਉਹਦੇ ਜਿਹੜਾ ਸਾਰੇ ਸਾਡੇ ਲੋਕਾਂ ਨੂੰ ਪਤਾ ਵੀ ਇੰਪੋਰਟੈਂਟ ਜਿਹੜੇ ਕਾਜ਼ਿਜ਼ ਹੈ ਜਿਹਦੇ ਬਾਰੇ ਕਿ ਬੜੀ ਚਰਚਾ ਹੁੰਦੀ ਹੈ। ਇੱਕ ਤਾਂ ਪੰਜਾਬ ਦੇ ਵਿੱਚ ਸ਼ਰਾਬ ਅਤੇ ਇੱਕ ਨਸ਼ੇ ਹੈਪੇਟਾਈਟਿਸ ਸੀ ਬੀ ਔਰ ਸ਼ਰਾਬ, ਇਹ ਤਿੰਨ ਮੇਜਰ ਕਾਰਨ ਹੈ ਲਿਵਰ ਦੀ ਬਿਮਾਰੀਆਂ ਦੇ। ਪਰ ਇੱਕ ਜਿਹੜਾ ਹੋਰ ਬੜਾ ਵੱਡਾ ਕਾਰਨ ਹੈ ਜਿਹੜਾ ਕਿ ਇੱਕ ਤਰੀਕੇ ਨਾਲ ਬਹੁਤ ਹੀ ਮੇਰੇ ਖਿਆਲ ਦੇ ਵਿੱਚ ਇਹਨਾਂ ਤੋਂ ਵੀ ਸ਼ਾਇਦ ਜ਼ਿਆਦਾ ਇੰਪੋਰਟੈਂਟ ਹੋਏ, ਉਹ ਹੈ ਵੀ ਜਿਹੜੇ ਲੋਕ ਬਹੁਤ ਜ਼ਿਆਦਾ ਮੋਟੇ ਹੁੰਦੇ ਆ, ਓਵਰ ਵੇਟ ਹੁੰਦੇ ਆ, ਖਾਸ ਕਰ ਜਿਨ੍ਹਾਂ ਦੇ ਪੇਟ ਦੇ ਅਰਾਊਂਡ ਬਹੁਤ ਜ਼ਿਆਦਾ ਫੈਟ ਡਿਪੋਜ਼ਿਟ ਹੁੰਦੀ ਹੈ, ਜਾਂ ਜਿਨ੍ਹਾਂ ਨੂੰ ਕੁਛ ਹੋਰ ਬਿਮਾਰੀਆਂ ਹੁੰਦੀਆਂ ਜਿਵੇਂ ਕਿ ਡਾਇਬਟੀਜ਼, ਹਾਈ ਬਲੱਡ ਪ੍ਰੈਸ਼ਰ, ਔਰ ਜਿਨ੍ਹਾਂ ਦੇ ਕੋਲੈਸਟਰੋਲ ਔਰ ਟ੍ਰਾਈਗਲਿਸਟਰਾਈਡ ਲੈਵਲਸ ਫੈਟਸ ਬੋਡੀ 'ਚ ਵਧੀਆ ਹੁੰਦੀਆਂ, ਉਹਨਾਂ ਉਹ ਵੀ ਬਹੁਤ ਇੰਪੋਰਟੈਂਟ ਸਬਸੈਟ ਹੈ ਪਾਪੂਲੇਸ਼ਨ ਦਾ ਜਿਨ੍ਹਾਂ ਵਿੱਚ ਕਿ ਲਿਵਰ ਦੀ ਬਿਮਾਰੀਆਂ, ਜਿਨ੍ਹਾਂ ਵਿੱਚ ਕਿ ਲਿਵਰ ਡੈਮੇਜ ਦੀ ਪ੍ਰੋਬੇਬਿਲਿਟੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਇਨਫੈਕਟ ਜਿਹੜੇ ਜਿਨ੍ਹਾਂ ਦੀ ਏਜ 40 ਜਾਂ 50 ਤੋਂ ਜ਼ਿਆਦਾ ਹੈ, ਔਰ ਜਿਨ੍ਹਾਂ 'ਤੇ ਸਾਰੇ ਰਿਸਕ ਫੈਕਟਰ ਮੈਂ ਦੁਬਾਰਾ ਆਵਾਂਗਾ, ਜਿਹੜੇ ਓਵਰ ਵੇਟ ਹੈ, ਜ਼ਿਆਦਾ ਵੇਟ ਹੈ, ਕੋਲੈਸਟਰੋਲ ਹਾਈ ਹੈ, ਡਾਇਬਟੀਜ਼ ਹੈ, ਟ੍ਰਾਈਗਲਿਸਟਰਾਈਡ ਲੈਵਲਸ ਹਾਈ ਹੈ, ਹਾਈ ਬਲੱਡ ਪ੍ਰੈਸ਼ਰ ਹੈ, ਉਹਨਾਂ ਦੇ ਵਿੱਚ ਸਲੋਲੀ ਲਿਵਰ ਹੁੰਦਾ ਹੈ ਵੀ ਲਿਵਰ ਦੇ ਵਿੱਚ ਬਹੁਤ ਜ਼ਿਆਦਾ ਫੈਟ ਜਮ੍ਹਾਂ ਹੋ ਜਾਂਦੀ ਹੈ, ਸੁਜਨ ਆ ਜਾਂਦੀ ਹੈ, ਅਤੇ ਹੌਲੀ ਹੌਲੀ ਲਿਵਰ ਡੈਮੇਜ ਸਟਾਰਟ ਹੋ ਜਾਂਦਾ ਹੈ, ਅਤੇ ਗ੍ਰੈਜੂਲੀ ਜਾਂ ਲਿਵਰ ਡੈਮੇਜ ਦੇ ਜਿਹੜੇ ਸਾਈਨਸ ਹੈ ਉਹ ਸਾਰੇ ਸਾਈਨਸ ਜਿਵੇਂ ਕਿ ਅੱਖਾਂ ਦਾ ਪੀਲੀਆ ਹੋਣਾ, ਜੌਂਡਿਸ ਹੋਣਾ, ਜਾਂ ਪੇਟ ਦੇ ਵਿੱਚ ਪਾਣੀ ਜਮ੍ਹਾਂ ਹੋਣਾ, ਜਾਂ ਬੇਹੋਸ਼ੀ ਦੇ ਦੌਰੇ ਹੋਣਾ, ਔਰ ਅਨਫੋਰਚੁਨੇਟਲੀ ਕੁਝ ਕੇਸਿਸ ਦੇ ਵਿੱਚ ਲਿਵਰ ਕੈਂਸਰ ਵੀ ਦੇ ਵਿੱਚ ਵੀ ਤਬਦੀਲੀ ਆ ਜਾਂਦੀ ਹੈ। ਸੋ ਸਾਡੀ ਜਿਹੜੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਵੀ ਇਹ ਜਿਹੜੀਆਂ ਇੱਕ ਦੂਜੀ ਜਿਹੜੀ ਪ੍ਰੋਬਲਮ ਹੈ ਵੀ ਇਹ ਲਿਵਰ ਦੀ ਬਿਮਾਰੀਆਂ ਬਹੁਤ ਲੇਟ ਪਿਕਅਪ ਹੁੰਦੀਆਂ, ਅਵੇਅਰਨੈਸ ਘੱਟ ਹੁੰਦੀ ਹੈ, ਔਰ ਜਦ ਪਿਕਅਪ ਹੁੰਦੀਆਂ ਤਾਂ ਜਿਹੜਾ ਲਿਵਰ ਡੈਮੇਜ ਹੋ ਚੁੱਕਿਆ ਹੁੰਦਾ। ਸੋ ਜਿਹੜੀ ਸਾਡੀ ਜਿਹੜਾ ਐਮਫੋਸਿਸ ਹੈ, ਸਟ੍ਰੈਟੇਜੀ ਹੈ, ਇਹ ਹੋਣੀ ਚਾਹੀਦੀ ਹੈ ਵੀ ਜਿਹੜੀ ਲਿਵਰ ਦੀ ਪ੍ਰੋਬਲਮ ਹੈ ਉਹ ਅਰਲੀ ਸਟੇਜ 'ਤੇ ਪਿਕਅਪ ਹੋਏ, ਜਦਕਿ ਅਸੀਂ ਇਫੈਕਟਿਵਲੀ ਉਹਨੂੰ ਮੈਨੇਜ ਕਰ ਸਕੀਏ। ਜਦ ਪੇਸ਼ੈਂਟ ਬਹੁਤ ਲੇਟ ਆਉਂਦਾ, ਇੱਕੋ ਆਪਸ਼ਨ ਬਚਦੀ ਹੋਇਆ ਲਿਵਰ ਟ੍ਰਾਂਸਪਲਾਂਟ, ਜਿਹੜਾ ਕਿ ਬੜਾ ਇੱਕ ਕੋਸਟਲੀ, ਬੜੀ ਐਕਸਪੈਂਸਿਵ ਆਪਸ਼ਨ ਹੈ, ਲਿਮਿਟਿਡ ਅਵੇਲੇਬਿਲਿਟੀ ਹੈ, ਬੜੀਆਂ ਪ੍ਰੋਬਲਮਸ ਹੈ। ਸੋ ਜਿਹੜਾ ਸਾਡਾ ਜਿਹੜਾ ਸਾਰਾ ਸਕਸੈਸ ਉਹਦੇ ਵਿੱਚ ਹੈ ਵੀ ਅਸੀਂ ਅਰਲੀ ਸਟੇਜ 'ਤੇ ਪਿਕਅਪ ਕਰੀਏ। ਉਹਦੇ ਵਿੱਚ ਇਹੀ ਆਉਂਦਾ ਵੀ ਜਿਨ੍ਹਾਂ ਵਿੱਚ ਜਿਹੜੇ ਮੈਂ ਹੁਣੇ ਦੱਸਿਆ, ਜਿਨ੍ਹਾਂ ਨੂੰ ਅਸੀਂ ਰਿਸਕ ਫੈਕਟਰਸ ਕਹਿੰਦੇ ਹਾਂ, ਜਿਹੜੇ ਵੀ ਲੋਕਾਂ 'ਚ ਇਹ ਪ੍ਰੋਬਲਮਸ ਹੈ, ਉਹਨਾਂ ਨੂੰ ਚਾਹੀਦਾ ਵੀ ਆਪਣੇ ਡਾਕਟਰਸ ਨੂੰ ਕੰਸਲਟ ਕਰਨ। ਇਹ ਅਗਰ ਐਪਰੈਂਟਲੀ ਹੈਲਦੀ ਵੀ ਹੈ, ਤਦ ਵੀ ਉਹ ਆਪਣੇ ਡਾਕਟਰ ਦੇ ਕੋਲ ਜਾਣ, ਔਰ ਐਟਲੀਸਟ ਆਪਣੇ ਲਿਵਰ ਫੰਕਸ਼ਨ ਟੈਸਟ ਔਰ ਅਲਟਰਾਸਾਊਂਡ ਜ਼ਰੂਰ ਹੋਣੇ ਚਾਹੀਦੇ ਹੈ, ਤਾਂ ਕਿ ਜੇ ਡਾਊਟ ਹੋਏ ਤਾਂ ਉਹਨਾਂ ਨੂੰ ਫਰਦਰ ਅੱਗੇ ਪ੍ਰੋਸੀਡ ਕੀਤਾ ਜਾ ਸਕੇ। ਪ੍ਰੋਪਰ ਪਹਿਲੀ ਚੀਜ਼ ਹੈ ਪ੍ਰੋਪਰ ਡਾਇਗਨੋਸਿਸ ਬਣੇ, ਫਿਰ ਜਿਹੜੇ ਨੈਕਸਟ ਸਟੈਪਸ ਲੈਣੇ ਆ ਵੀ ਜਿਵੇਂ ਕਿ ਲਾਈਫ ਸਟਾਈਲ ਚੇਂਜ ਹੁੰਦੀ ਹੈ, ਵੀ ਡਾਇਬਟੀਜ਼ ਦਾ ਅੱਛਾ ਕੰਟਰੋਲ, ਵੇਟ ਘਟਾਉਣਾ, ਅਗਰ ਕੋਲੈਸਟਰੋਲ ਜਾਂ ਟ੍ਰਾਈਗਲਿਸਰਾਈਡ ਲੈਵਲਸ ਵਧੇ ਉਹਨੂੰ ਕੰਟਰੋਲ ਕਰਨਾ। ਸਾਡਾ ਜਿਹੜਾ ਅੱਜ ਕੱਲ੍ਹ ਸਾਰਾ ਐਮਫੋਸਿਸ ਇਨ ਜਨਰਲ ਨੋਟ ਇਹ ਹੋਣਾ ਚਾਹੀਦਾ ਵੀ ਅਸੀਂ ਡਿਜ਼ੀਜ਼ ਨੂੰ ਪ੍ਰੀਵੈਂਟ ਕਰਨਾ, ਅਤੇ ਉਹਦੇ ਵਾਸਤੇ ਜ਼ਰੂਰੀ ਹੈਗਾ ਵੀ ਜਿਹੜੇ ਜਿਨ੍ਹਾਂ ਵਿੱਚ ਇਹ ਸਾਰੇ ਰਿਸਕ ਫੈਕਟਰ ਪ੍ਰੈਜੈਂਟ ਹੈਗੇ ਆ, ਉਹ ਆਪਣੇ ਜਿਹੜਾ ਪ੍ਰਾਇਮਰੀ ਫਿਜ਼ੀਸ਼ੀਅਨ ਹੈ ਉਹਨੂੰ ਕੰਸਲਟ ਕਰਨ, ਜਾਂ ਗੈਸਟ੍ਰੋਐਂਟਰੋਲੋਜਿਸਟ, ਲਿਵਰ ਸਪੈਸ਼ਲਿਸਟ ਨੂੰ, ਤਾਂ ਕਿ ਜਲਦੀ ਡਾਇਗਨੋਸਿਸ ਬਣ ਸਕੇ ਔਰ ਕੋਈ ਇੰਟਰਵੈਂਸ਼ਨ ਹੋ ਪਾਏ, ਤਾਂ ਕਿ ਪੇਸ਼ੈਂਟ ਜਿਹੜੀ ਐਂਡ ਸਟੇਜ ਲਿਵਰ ਡਿਜ਼ੀਜ਼ ਹੈ ਜਾਂ ਲਿਵਰ ਕੈਂਸਰ ਹੈ ਉਸ ਤੱਕ ਨਾ ਪਹੁੰਚਣ।